ਉਹਨਾ ਫਿਰ ਸਾਨੂੰ ਵੇਖ ਕੇ ਥੱਲੇ ਜਾ ਕੇ ਫੈਰ ਮਾਰਿਆ ਇੱਕ ਮੁੰਡੇ ਨੇ। ਉਹਨਾਂ ਪਤਾ ਲੱਗ ਗਿਆ ਕਿ ਇਹਨਾਂ ਦੀ ਫੈਮਿਲੀ ਬਾਹਰ ਆ ਗਈ ਆ ਕਿ ਉਹਨਾਂ ਸਾਨੂੰ ਦੇਖ ਲਿਆ। ਅਸੀਂ ਕਹਿੰਦੇ ਕਿੰਨਾ ਕੁ ਚਿਰ ਬਚਾ ਲੇਗੀ, ਅਸੀਂ ਇਹਨਾਂ ਨੂੰ ਫਿਰ ਮਾਰ ਦਾਂਗੇ, ਇਹਨਾਂ ਕਿਤੇ ਬਾਹਰ ਨੂੰ ਨਿਕਲਣਾ ਘਰੋਂ, ਅਸੀਂ ਫਿਰ ਮਾਰਾਂਗੇ। ਅਤੇ ਤੁਹਾਡੇ ਤੋਂ ਕੋਈ ਤੁਸੀਂ ਕਹਿੰਦੇ ਹਮਲਾ ਹੋਇਆ ਵਾ, ਕੀ ਹਮਲਾ ਹੋਇਆ, ਕਿਸ ਤਰੀਕੇ ਨਾਲ ਹੋਇਆ, ਕਿੰਨੇ ਕੁ ਬੰਦੇ ਅਤੇ ਕਿੰਨੇ ਕੁ ਵਜੇ ਹੋਇਆ ਹੈ? ਇਹ ਕੋਈ ਦਸ ਤੋਂ ਲੈ ਕੇ 10:10 ਤਕਰੀਬ ਇਹ ਟਾਈਮ ਆ। ਅਤੇ ਮੁੰਡੇ ਮਤਲਬ ਕਿ ਦੋ ਮੋਟਰਸਾਈਕਲ ਹੈ, ਇੱਕ ਮੋਟਰਸਾਈਕਲ ਕੁਝ ਅੱਧੇ ਕਿਲੋਮੀਟਰ ਪਹਿਲਾਂ ਖਲੋ ਗਿਆ, ਇੱਕ ਮੋਟਰਸਾਈਕਲ ਇੱਥੇ ਆ ਕੇ ਉਹਨਾਂ ਪਹਿਲਾਂ ਗਾਲਾਂ ਕੱਢੀਆਂ, ਮੇਰੇ ਮਦਰ ਜੀ ਆ, ਠੀਕ ਹੈ। ਇਹ ਉੱਠੇ, ਇਹਨਾਂ ਵੇਖਿਆ ਕਿ ਬਾਹਰ ਗਾਲਾਂ ਕੱਢਣ ਦੇ ਕੋਈ, ਅਤੇ ਆ ਕੇ ਵੇਖੀ ਕਿ ਆਪਸ ਰਾਈ ਨਾਲ ਕੋਈ ਲੜਨ ਦਿਆ ਹੋਵੇ, ਠੀਕ ਹੈ। ਬਾਅਦ ਵਿੱਚ ਜਦੋਂ ਅਸੀਂ ਉਸ ਟਾਈਮ ਲਾਈਟ ਗਏ ਸੀ, ਮੈਂ ਆਪਣੀ ਵਾਈਫ ਨੂੰ ਆਖਿਆ ਤੂੰ ਇਨਵੇਟਰ ਚਾਲੂ ਕਰ, ਉਹਨੇ ਇਨਵੇਟਰ ਚਾਲੂ ਕੀਤਾ, ਰੋਸ਼ਨੀ ਹੋ ਗਈ, ਬਲਬ ਜਗ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੀ ਫੈਮਿਲੀ ਬਾਹਰ ਆ ਗਈ ਆ, ਕਿ ਉਹਨਾਂ ਸਾਨੂੰ ਦੇਖ ਲਿਆ। ਅਸੀਂ ਬਾਬਾ ਅੱਗੇ ਚਲ ਗਏ ਹਾਂ ਆਪਣੇ ਮਤਲਬ ਕਿ ਵਿਹੜੇ 'ਚ। ਉਹਨਾਂ ਫਿਰ ਸਾਨੂੰ ਵੇਖ ਕੇ ਥੱਲੇ ਆ ਕੇ ਫੈਰ ਮਾਰਿਆ ਇੱਕ ਮੁੰਡੇ ਨੇ, ਇੱਕ ਪਿੱਛੇ ਮੁੰਡਾ ਸੀ, ਉਹਦੀ ਮੈਂ ਆਵਾਜ਼ ਪਛਾਣੀ, ਸਾਰਾ ਕੁਝ ਕੀਤਾ ਕਿ ਹਾਂ ਵੀ ਸਾਡੇ ਗੁਆਂਢ 'ਚ ਹੈਗਾ ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ। ਅਸੀਂ ਇੱਕ ਮੁੰਡੇ ਦੀ ਉਹਨੇ ਮੂੰਹ ਆਪਣਾ ਕਵਰ ਕੀਤਾ ਸੀ, ਉਹਦੀ ਕਾਲੀ ਕੈਬ ਸੀ, ਮੇਰੇ ਤੋਂ ਪ੍ਰੂਫ ਉਹਦੇ ਫੋਟੋਆਂ ਪਈਆਂ ਕਿ ਕਾਲੀ ਕੈਬ ਉਹ ਮੁੰਡੇ ਨੇ ਪਾਈ, ਹਰਪ੍ਰੀਤ ਸਿੰਘ ਨਾਲ ਹੀ, ਅੰਗਰੇਜ਼ ਸਿੰਘ ਨੇ ਮੂੰਹ, ਉਹਦਾ ਸਿੱਖ ਮੁੰਡਾ ਵਾ, ਕਿਉਂਕਿ ਸਾਰੇ ਇਕੱਠੇ ਰਹਿੰਦੇ ਆ, ਸਾਨੂੰ ਇਹਨਾਂ ਦੇ ਸ਼ੱਕ ਆ। ਇੱਕ ਬੰਦਾ ਇਹ ਹੋਵੇ ਕਿ ਹਾਂ ਵੀ ਅਲੱਗ ਅਲੱਗ ਪਿੰਡਾਂ ਤੋਂ ਚੁੱਕਣਾ, ਇਹਨਾਂ ਦੇ ਸਾਰੇ ਪਰਿਵਾਰ ਦੇ ਮਤਲਬ ਕਿ ਇਕੱਠੇ ਮੈਂਬਰ ਆ ਜਿਨ੍ਹਾਂ ਨੇ ਸਾਰਾ ਕੁਝ ਕੀਤਾ। ਅਤੇ ਦੂਜਾ ਕਿ ਅਸੀਂ ਬਾਅਦ ਵਿੱਚ ਜਦੋਂ ਇਹਨਾਂ ਨੇ ਥੱਲੇ ਉੱਤਰ ਆਏ ਆ, ਫਿਰ ਫੇਸ ਆਪਦਾ ਥੱਲੇ ਕਰਕੇ, ਰੁਮਾਲ ਇੱਕ ਮੁੰਡੇ ਨੇ ਹਰਪ੍ਰੀਤ ਥੱਲੇ ਕਰਕੇ, ਮੇਰੀ ਮਦਰ ਨੂੰ ਆਖਿਆ, ਕਹਿੰਦੇ ਕਿੰਨਾ ਕੁ ਚਿਰ ਬਚਾ ਲੇਗੀ, ਅਸੀਂ ਇਹਨਾਂ ਨੂੰ ਫਿਰ ਮਾਰ ਦਾਂਗੇ, ਇਹਨਾਂ ਕਿਤੇ ਬਾਹਰ ਨੂੰ ਨਿਕਲਣਾ ਘਰੋਂ, ਅਸੀਂ ਫਿਰ ਮਾਰਾਂਗੇ, ਠੀਕ। ਸਾਨੂੰ ਪੂਰਾ ਉਦੋਂ ਯਕੀਨ ਹੋ ਗਿਆ ਕਿ ਇਹ ਬੰਦੇ ਆ, ਅਸੀਂ ਜਦੋਂ ਉਹਨਾਂ ਨੂੰ ਵੇਖ ਲਿਆ ਕਿ ਹਾਂ ਵੀ ਇੰਨਾ ਸ਼ੋਰ 100% 100% ਹੈਗਾ, ਨਹੀਂ ਤਾਂ ਕਈ ਹੁੰਦਾ ਸ਼ੱਕ ਤੌਰ 'ਤੇ ਹੁੰਦਾ। ਸਮਾਂ ਕਿੰਨੇ ਕੁ ਵਜੇ ਦਾ ਸੀ? 10:10 ਤਕਰੀਬ। ਉਹ ਤੋਂ ਬਾਅਦ ਸਾਨੂੰ, ਹਾਂਜੀ, ਉਹ ਤੋਂ ਬਾਅਦ ਅਸੀਂ ਪਿੰਡ ਦੇ ਸਾਰੇ ਪਿੰਡ ਦੇ ਵਿੱਚ ਫੋਨ ਕਰਨੇ ਸਟਾਰਟ ਕਰਤੇ, ਇਹਨਾਂ ਬੰਦਿਆਂ ਨੂੰ ਘੇਰੋ, ਇਹ ਬੰਦੇ ਮਤਲਬ ਕਿ ਪਿੰਡ ਦੇ ਵਿੱਚ ਜਾ ਰਹੇ ਆ, ਵੇਖੋ ਕਿ ਅਸੀਂ ਜਾਂ ਝੂਠੇ ਹੋਈਏ। ਇੱਕ ਆਪਣੇ ਸਤਨਾਮ ਸਿੰਘ ਉਗਰਾਹ ਕਮੇਟੀ ਦਾ ਪ੍ਰਧਾਨ, ਉਹ ਕਹਿੰਦੇ ਆ ਕਿ ਇਹਨਾਂ ਆਪ ਸਾਰਾ ਕੁਝ ਕਰਵਾਇਆ, ਜਾਂ ਅਸੀਂ ਆਪ ਕਰਵਾਇਆ, ਅਸੀਂ ਆਪਦੇ ਬੰਦੇ ਆਪ ਥੋੜ੍ਹਾ ਭਰਾਉਣੇ। ਅਸੀਂ ਸਾਰੇ ਪਿੰਡ ਦੇ ਵਿੱਚ ਕਾਲ ਕਰਕੇ, ਇਹ ਕਹਿੰਦੇ ਗਏ ਚਾਚਾ ਜੀ ਨੂੰ 20 ਕਾਲ ਕੀਤੇ ਆ, ਉਹਨਾਂ ਦੇ ਫੋਨ ਅੰਦਰ ਹੀ ਉਹਨਾਂ ਚੱਕੇ ਨੇ, ਫਿਰ ਅਸੀਂ ਉਹਨਾਂ ਦੇ ਗੁਆਂਢੀਆਂ ਨੂੰ ਕਾਲ ਕੀਤੀ ਹੈ, ਚਾਚੇ ਨੂੰ ਉਠਾਓ, ਬਾਹਰ ਮੁੰਡੇ ਤੁਰੇ ਫਿਰਦੇ, ਤੁਸੀਂ ਮੁੰਡੇ ਨੂੰ ਘੇਰੋ। ਫਿਰ ਉੱਥੇ ਡਾਕਟਰ ਸੋਨੂ ਹੈ, ਉਹਨੂੰ ਇਹ ਫੋਨ ਲਾਇਆ, ਠੀਕ ਹੈ, ਕਿ ਉਹਨੂੰ ਆਖਿਆ ਕਿ ਮੱਦੇ ਪਛਾਣੋ ਕਿਹੜੇ, ਉਹਨੇ ਚਿਰ ਨੂੰ ਸਮਾਂ ਨਿਕਲ ਕਰ ਸਕਦੇ ਆ, ਗਾਂ ਤੋਂ ਇਹ ਆ ਕਿ ਗਾਂ ਨੂੰ ਸਾਨੂੰ ਘਰ ਸਾਨੂੰ ਘਰ ਆ ਕੇ ਮਾਰ ਸਕਦੇ ਆ। ਉਹਨੂੰ ਪਤਾ ਕਿ ਹਾਂ ਪਲਟ ਦਾ ਵਰਕਰ ਆ, ਠੀਕ, ਕੋਈ ਨਾ ਸਰ ਜਗਦਾ ਕਿ ਮਤਲਬ ਕਿ ਇਹ ਨਹੀਂ ਮੈਂ ਪਿੰਡ ਦੇ ਵਿੱਚ ਕੰਮ ਕਰਵਾਉਂਦਿਆਂ ਵਾਂ, ਕਿ ਤਾਂ ਸਿਆਸੀ ਤੌਰ 'ਤੇ ਨਹੀਂ ਮੇਰੇ 'ਤੇ ਹਮਲਾ ਕੀਤਾ ਗਿਆ, ਕੁਝ ਇਹ ਵੀ ਹੋ ਸਕਦਾ ਕਿ ਮੇਰੇ 'ਤੇ ਸਿਆਸੀ ਤੌਰ 'ਤੇ ਹਮਲਾ ਕੀਤਾ ਗਿਆ ਹੋਵੇ। ਕਿੰਨੇ ਬੰਦੇ ਮਤਲਬ ਕਿ ਹੁਣ ਪੁਲਿਸ ਨੇ ਨਾਮਜ਼ਦ ਕੀਤੇ ਆ? 3 ਬੰਦਿਆਂ ਦੇ ਨਾਮਜ਼ਦ ਹੋਏ ਆ।